गुजरात एसोसिएशन ग्रुप बने साडा अपने सारे बाहर आए हो तो इन्हों का खुशी का की आरम से या कि मुल से कितों जीतिया ने कि मतलब परफॉर्मेंस इन्होंने वाले दसो जी मेरे थोड़ा क्लब है जी जी सरपस्ते वाले ने उन्होंने वाले भी दसो ताकि अच्छा तुसा एक गल दसी है एक दो बारी मैं प्रैक्टिस की थी जी जी। चलो एक शुरू से करते आ रहे हो यह भी दसो कि बरूने मुल्क ना रहे होंगे हो उत्थे भी कोई प्रैक्टिस करते हो कुछ करते हो क्योंकि उत्थे फिर काम काज निजाम की सूरत हाल होंगी जी नॉर्वे विच असी जॉब शॉप भी करने हैं लेकिन उधर नाल असी एक ओस्लो टेंट ट्रैकिंग क्लब बनाए अपना नॉर्वे च अच्छा अच्छा उधर च असी अपने सारे भरा मौजूद हैं चोरी सुनैन नजीर ने भाई बिलाल पसवाला ने भाई अली अरी भाई हावर अपने सैयद मत्ती रसन अंबर सदीक चचा बरार सारे अपने रल के असी एक अपना क्लब बनाए जिसे असी ट्रेनिंग अक्सर करते रहने हूँ भी मेला होया इतने 2 अक्टूबर न जनाब इंग्लैंड तो इटली तो आयरलैंड तो और भी काफी मुल्क तो डेनमार्क तो सवारा ने शिरकत की है तो बहुत कामयाब मेला होया ठीक हो गया जी मतलब अटैच रहते हो अपना जी बिल्कुल करते हो जी बिल्कुल बेहतर हो गया ठीक हो गया ਤੁਹਾਡਾ ਕਲੱਬ ਹੈ ਜੀ ਜੀ ਸਰਪਸਤੇ ਵਾਲਿਆਂ ਨੇ ਉਹਨਾਂ ਦੇ ਬਾਰੇ ਵੀ ਦੱਸੋ ਤਾਂ ਕਿ ਠੀਕ ਹੈ ਸਾਡਾ ਕਲੱਬ ਅਲੀ ਜਵੇਰੀ ਟੈਂਟ ਪੈਕਿੰਗ ਕਲੱਬ ਆਫ ਪਾਕਿਸਤਾਨ ਹੈ ਜੀ ਜੀ ਇਹਦੇ ਸਰਪਸਤੇ ਵਾਲਿਆਂ ਨੇ ਚੋਰੀ ਮੁਹੰਮਦ ਫਾਨ ਮਲਵਾਣਾ ਸਾਹਿਬ ਤੇ ਬਾਕੀ ਅਸੀਂ ਸਾਰੇ ਇਹਨਾਂ ਦੇ ਨਾਲ ਜਨਾਬ ਨਿਜ਼ਾਬਾਜ਼ੀ ਕਰਨੇ ਆਪਣੇ ਜਿੰਨੇ ਅਸੀਂ ਫੈਮਿਲੀ ਦੇ ਮੈਂਬਰ ਆ ਜੀ ਜੀ ਉਹਦੇ ਵਿੱਚ ਪਿਆਸਫ ਆ ਖੂਨ ਵਾਲੇ ਯਸਗੀਰ ਅਹਿਮਦ ਚਚੂ ਫਰਮਾਨ ਚਚੂ ਸੁਲਤਾਨ ਭਾਈ ਖਾਵਰ ਤੇ ਭਾਈ ਖਿਜ਼ਰ ਬਾਸਰੀਆਂ ਵਾਲੇ ਤੇ ਮੀਆਂ ਇਕਬਾਲ ਅਲੀ ਹੋਰ ਵੀ ਕਾਫੀ ਜਿਹਨਾਂ ਦੇ ਨੀ ਨਾਲ ਹੈ ਲੇਕਿਨ ਹੈ ਕਿ ਕਾਫੀ ਅਸੀਂ ਆਪਣੇ ਏਰੀਏ ਦੇ ਸਾਰੇ ਭਾਈ ਅਲੀ ਜਵੇਰੀ ਚ ਭਜਨੇ ਆ ਠੀਕ ਹੈ ਆਪਣਾ ਕਲੱਬ ਜੀ 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 ਬਿਲਕੁਲ ਤੇ ਮਸ਼ਾਅੱਲਾ ਮੈਂ ਸਮਝਿਆ ਕਿ ਤੁਹਾਡੇ ਜਿਹੜਾ ਰਾਈਡਰਸ ਨੇ ਇਹ ਨੌਜਵਾਨ ਜੋ ਨਾਲ ਤਜਰਬਾਕਾਰ ਰਾਈਡਰ ਮੌਜੂਦ ਨੇ ਸਰਪਸਤੀ ਅੱਛੀ ਕਾਫੀ ਜੀ ਬਹੁਤ ਪੁਰਾਣੇ ਨਿਜ਼ਾਬਾਦ ਨੇ ਵਿੱਚ ਕਈ ਸਵਾਰ ਸਾਡੇ ਤੇ ਕਈ ਜਿਹੜੇ ਯੰਗ ਨੇ ਲੇਕਿਨ ਉਹ ਵੀ ਅੱਛੀ ਨਿਜ਼ਾਬਾਜ਼ੀ ਕਰ ਰਹੇ ਬਿਹਤਰ ਹੋ ਗਏ ਤੇ ਮੈਂ ਦੇਖ ਸਕਦਾ ਜਿਸ ਤਰ੍ਹਾਂ ਲੋਕ ਸਾਡੇ ਆਡੀਅੰਸ ਵੀ ਦੇਖ ਸਕਦੇ ਨੇ ਕਿ ਬੈਕ ਸਾਈਡ ਤੇ ਮਾਸ਼ਾਅੱਲਾ ਕਾਫੀ ਟਰਾਫੀਆਂ ਵਗੈਰਾ ਪਈਆਂ ਨੇ ਕੋਈ ਪੁਰਾਣੀਆਂ ਵੀ ਆ ਨੇ ਕਾਫੀ ਪੁਰਾਣੀਆਂ ਹੋ ਗਈਆਂ ਬਿਲਕੁਲ ਤੇ ਮਤਲਬ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਜ਼ਾਹਿਰ ਸਿਲਸਿਲਾ ਸ਼ੁਰੂ ਤੋਂ ਹੀ ਹੈ ਜੀ ਜੀ ਇਹ ਕਿੱਥੋਂ ਜਿੱਤੀਆਂ ਨੇ ਕਿਹੜੀਆਂ ਕੋਈ ਮਤਲਬ ਪਰਫਾਰਮੈਂਸ ਇਹਨਾਂ ਦੇ ਵਾਲਾਂ ਦੇ ਦੱਸੋ ਜੀ ਮੇਰੀਆਂ ਦੀ ਦੇ ਵਿੱਚ ਕੋਈ ਚਾਂਦੀ ਨੇ ਅੱਛਾ ਅੱਛਾ ਤੇ ਇਹ ਸਾਰੀਆਂ ਟਰਾਫੀਆਂ ਮੇਰੇ ਵਾਲਾ ਸਾਹਿਬ ਨੇ ਜਿੱਤੀਆਂ ਨੇ ਅੱਛਾ ਅੱਛਾ ਮਾਸ਼ਾਅੱਲਾ ਤੇ ਜੀ ਇਹ ਸਾਰੀਆਂ ਜਿਹੜੀਆਂ ਟਰਾਫੀਆਂ ਨੇ ਇਹ ਮੇਰੇ ਇਹਦੇ ਵਿੱਚ ਟਰਾਫੀਆਂ ਮੇਰੀਆਂ ਤਾਂ ਕੋਈ 2-4 ਹੀ ਨੇ ਲੇਕਿਨ ਇਹਨਾਂ 'ਚ ਮੇਰੇ ਵਾਲਾ ਸਾਹਿਬ ਦੀਆਂ ਨੇ ਬਾਕੀ ਸਾਰੀਆਂ ਠੀਕ ਹੈ ਤੇ ਇਹ ਛੋਟੀ ਜੁੰਬਾਈ ਨਿਜ਼ਾਬਾਦੀ ਨਾਲ ਸਟਾਰਟ ਕੀਤੀ ਤੇ ਉਹਦੇ ਵਿੱਚ ਇਹਨਾਂ ਕਾਫੀ ਨਾਮ ਆਦ ਜਿੱਤੇ ਨੇ ਜੀ ਜੀ ਜਿਹਦੇ ਵਿੱਚ ਸੋਨੇ ਦਾ ਲਾਕਟ ਵੀ ਹੈ ਇਹਨੇ ਬੜੀ ਬਾਤ ਤੇ ਦੂਸਰਾ ਹੈ ਕਿ ਉਸ ਟਾਈਮ ਜਿਸ ਟਾਈਮ ਇਹ ਨਿਜ਼ਾਬਾਦੀ ਕਰਦੇ ਉਸ ਟਾਈਮ 100 ਰੁਪਿਆ ਤੇ ਇੱਕ ਝੰਡਾ ਦਿੰਦੇ ਹੁੰਦੇ ਆ ਠੀਕ ਗਰਾਊਂਡ ਵਿੱਚ ਬਿਹਤਰ ਹੈ ਤੇ ਉਸ ਟਾਈਮ ਇਹ ਨਿਜ਼ਾਬਾਦੀ ਨਾਲ ਸਟਾਰਟ ਕੀਤੀ ਸਨ 70 ਵਿੱਚ ਠੀਕ ਹੋ ਗਿਆ ਤੇ ਉਸ ਦੌਰ ਦੇ ਨਿਜ਼ਾਬਾਦ ਨੇ ਤੇ ਅਗੂ ਅਸੀਂ ਇਹਨਾਂ ਨੂੰ ਦੇਖ ਕੇ ਉਸ ਗੱਲ ਨੂੰ ਅਸੀਂ ਤੋੜਨ ਬਣਿਆ ਤੇ ਆਪਣੀ ਇੱਕ ਰਵਾਇਤ ਰੱਖੀ ਹੋ ਗਿਆ ਤੇ ਉਹ ਜਿਸ ਟਾਈਮ ਕੱਲ ਤੁਸੀਂ ਜਿੱਤ ਕੇ ਆਇਓ ਪ੍ਰੋਗਰਾਮ ਜੀ ਆ ਤੇ ਇੱਕ ਬੜੇ ਫਖਰ ਦੀ ਗੱਲ ਹੈ ਸੋਸ਼ਲ ਮੀਡੀਆ ਤੇ ਲਾਈਵ ਚੱਲ ਰਿਹਾ ਸੀ ਕਨ ਮੈਂ ਪੋਸਟ ਕੀਤੀ ਹੈ ਹੋਰ ਤੁਹਾਡੇ ਹਬਾਬ ਤੁਹਾਨੂੰ ਮੁਬਾਰਕਾਂ ਦੇ ਰਹੇ ਨੇ ਤੁਹਾਡੇ ਦੋਸਤ ਪੋਸਟਾਂ ਕਰ ਰਹੇ ਨੇ ਸਾਰਾ ਇੱਕ ਨਿਜ਼ਾਮ ਹੈ ਤੇ ਇੱਕ ਬੜਾ ਇੱਕ ਜਸ਼ਨ ਦਾ ਸਮਾਂ ਹੁੰਦਾ ਹੈ ਤੇ ਜਿਸ ਟਾਈਮ ਜ਼ਾਹਿਰ ਹੈ ਤੁਸੀਂ ਇਹਨਾਂ ਨੂੰ ਫਾਲੋ ਕਰਦੇ ਹੋ ਮੈਂ ਵਾਲਾ ਸਾਹਿਬ ਨੂੰ ਤੇ ਜਿਸ ਟਾਈਮ ਘਰ ਆਏ ਹੋ ਤੇ ਇਹਨਾਂ ਦਾ ਖੁਸ਼ੀ ਦਾ ਕੀ ਆਰਮ ਸੀ ਜਾਂ ਕਿ ਮੁੱਲ ਸੀ ਜਿਸ ਟਾਈਮ ਅਸੀਂ ਵਾਲਾ ਸਾਹਿਬ ਤੇ ਜਿਸ ਟਾਈਮ ਅਸੀਂ ਜਾਣਦੇ ਹਾਂ ਨਾ ਜੀ ਜੀ ਤੇ ਦੁਆਵਾਂ ਤੇ ਫਿਰ ਦਿਹਾੜੀ ਸਾਰੀ ਫੋਨ ਕਰਕੇ ਬਾਰ ਬਾਰ ਪੁੱਛਦੇ ਰਹਿੰਦੇ ਨੇ ਕੀ ਬਣਿਆ ਹੈ ਕੀ ਹੋਇਆ ਕਿਤਨੇ ਭੱਜੇ ਹੋ ਕਿਸ ਤਰ੍ਹਾਂ ਭੱਜੇ ਹੋ ਸਾਰੀ ਦਿਨ ਹੀ ਇਹ ਹੁੰਦਾ ਜੀ ਜੀ ਤੇ ਫਿਰ ਜਿਸ ਟਾਈਮ ਮਾਮਲੇ ਤੇ ਸਾਡਾ ਵੇਟ ਕਰਦੇ ਹੁੰਦੇ ਨੇ ਇੰਤਜ਼ਾਰ ਕਰਦੇ ਹੁੰਦੇ ਜਿਸ ਟਾਈਮ ਮਾਮਲੇ ਵਿੱਚ ਮਿਲਾਂ ਦੇ ਖੁਸ਼ੀ ਦਾ ਇਜ਼ਹਾਰ ਕਰਾਂਦੇ ਖੁਸ਼ੀ ਹੁੰਦੀ ਮਾਂ ਬਾਪ ਨੂੰ ਖੁਸ਼ੀ ਹੁੰਦੀ ਜ਼ਾਹਿਰ ਬਿਲਕੁਲ ਬਿਲਕੁਲ ਤੇ ਬੈਠੇ ਅੱਗੇ ਫਿਰ ਆਏ ਨੇ ਤੇ ਮਿਲੇ ਨੇ ਤੇ ਬੜੇ ਖੁਸ਼ ਹੋਏ ਨੇ ਸਾਰੇ ਆਪਣੇ ਲੋਕ ਦੇ ਕਾਫੀ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਦੋਸਤ ਨੇ ਸਾਰੇ ਉਸੇ ਟਾਈਮ ਹੀ ਆ ਗਏ ਨੇ ਸੁਣ ਕੇ ਕਿ ਆ ਗਏ ਨੇ ਠੀਕ ਹੋ ਗਿਆ ਮੋਟਰਸਾਈਕਲ ਦੇਖਦੇ ਨੇ ਕੱਪ ਦੇਖਦੇ ਨੇ ਖੁਸ਼ ਹੁੰਦੇ ਨੇ ਸਾਰੇ ਠੀਕ ਹੈ ਔਰ ਸਾਡਾ ਇੱਕ ਗੁਜਰਾਤ ਐਸੋਸੀਏਸ਼ਨ ਗਰੁੱਪ ਬਣਿਆ ਸਾਡਾ ਆਪਣੇ ਸਾਰਿਆਂ ਮੈਂਬਰਾਂ ਦਾ ਜੀ ਜੀ ਉਹਦੇ ਵਿੱਚ ਸਾਰਿਆਂ ਜਿਤਨੇ ਭਾਈ ਹਨ ਸਾਡੇ ਸਾਰਿਆਂ ਰਾਤੀ ਸਾਨੂੰ ਬਹੁਤ ਮੁਬਾਰਕਾਂ ਦਿੱਤੀਆਂ ਨੇ ਤੇ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਮੈਂ ਜਿਹੜੇ ਭਾਈ ਬਿਲਾਲ ਨੇ ਆਪਣੇ ਭਾਈ ਸਜਾਗ ਲੱਦੇ ਸੱਦਿਆ ਦੇ ਚੋਰੀ ਦਾਨਿਸ਼ਵਰ ਸ਼ਹੀਦ ਭਾਈ ਅਲੀ ਜੰਦਰੇ ਵਾਲੇ ਹੋਰ ਵੀ ਕਾਫੀ ਜਿਨ੍ਹਾਂ ਦੇ ਲੇਕਿਨ ਲੇਕਿਨ ਜਿਤਨੇ ਸਾਡੇ ਐਸੋਸੀਏਸ਼ਨ ਗੁਜਰਾਤ ਦੇ ਗਰੁੱਪ ਦੇ ਮੈਂਬਰਾਂ ਨੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੈ ਜੀ ਜੀ ਤੇ ਉਹਨਾਂ ਸਾਰਿਆਂ ਦੇ ਫੋਨ ਆਏ ਨੇ ਤੇ ਮੈਨੂੰ ਇਹ ਦੱਸੋ ਹੁਣ ਤੁਹਾਡੀ ਕਿਉਂਕਿ ਬਾਹਰੋਂ ਬੰਦੇ ਬੜੇ ਸ਼ਾਰਟ ਨੋਟਿਸ ਆਉਂਦੇ ਛੁੱਟੀ ਉਹਨਾਂ ਕੱਟੀ ਹੁੰਦੀ ਅਕਸਰ ਤੇ ਕਿੰਨੀ ਕੁ ਛੁੱਟੀ ਤੁਹਾਡੇ ਤੇ ਹੁਣ ਅਗਲੇ ਮੇਲਿਆਂ ਦੇ ਸਾਲਿਆਂ ਦੇ ਬਾਰੇ ਕੀ ਦੱਸੋ ਜੀ ਮੈਂ ਅੱਗੇ ਤੇ ਫਿਲਹਾਲ ਜਨਵਰੀ ਫਰਵਰੀ ਮਾਰਚ ਜਸ਼ਨਾਂ ਤੇ ਆਉਣਾ ਅੱਛਾ ਅੱਛਾ ਤੇ ਇਸ ਦਫਾ ਮੇਰਾ ਵੈਸੇ ਪ੍ਰੋਗਰਾਮ ਬਣ ਗਿਆ ਆਉਣ ਤੇ ਮੈਂ ਫਿਰ ਇੱਕ ਦੋ ਮਿਲ ਵੀ ਹੈ ਠੀਕ ਮੈਂ ਕਿਹਾ ਚਲੋ
आए तो मेरे तेरा पाज लिए ठीक है ते अल्लाह पाक ने कामयाबी दी। वैसे मैं मार्च विच आना लगे बेहतर हो गया जी ते हुण इंशाल्लाह अक्टूबर विच एक दो महीना ते एक दो महीना मार्च फिर भी मार्च विच ठीक हो गया। यानी तुहाडा ये भी प्लान है कि इंशाल्लाह जे मेले नाल सारे इस साल हो जी जरूर क्यों नहीं इंशाल्लाह ठीक हो गया बेहतर।